ਜਨਤਾ ਜਨਾਰਦਨ ਦੀ ਅੱਖੀਂ ਚ ਕਿੰਨਾ ਲੇਤਰ ਪਾਣਾ ਹੈ ਇਹ ਤੁਸੀਂ ਇੱਥੇ ਦੇਖ ਹੀ ਸਕਦੇ ਹੋ ਇਹ ਭਈ ਆਪਣੇ ਠੰਡੇ ਪਾਣੀ ਦੀ ਮਸ਼ੀਨ ਹੈ ਮਹਾਰਾਜ ਜਿਹੜੀ ਜੰਮੂ ਸਮਾਰਟ ਸਿਟੀ ਨੇ ਇਹ ਮਸ਼ੀਨ ਲਾਈਦੀ ਹੈ ਦੱਸਿਆ ਗਿਆ ਅਸਥ ਹੈਗਾ ਕੋਈ ਸੱਜਣ ਬੈਠੇ ਦੇ ਉਹਨੇ ਦੱਸਿਆ ਹੈ ਕਿ ਡੇਢ ਦੋ ਸਾਲ ਪਹਿਲਾਂ ਇਹ ਮਸ਼ੀਨ ਜਿਹੜੀ ਹੈ ਇੱਥੇ ਲਾਈ ਹੀ ਪਰ ਕਨੈਕਸ਼ਨ ਨਹੀਂ ਸੀ ਦਿੱਤਾ ਗਿਆ ਔਰ ਜਿੱਦਾਂ ਕਰ ਮਸ਼ੀਨਾਂ ਦਾ ਅਸੀਂ ਲਗਾ ਕਰਦਾ ਮੀ ਲੱਗਦਾ ਹੈ ਕਿ ਈਸੀ ਵੀ ਹੁਣ ਜੰਗ ਲੱਗਣਾ ਸ਼ੁਰੂ ਹੋਈ ਇਹਦਾ ਖਾਮ ਲੱਗਣਾ ਸ਼ੁਰੂ ਹੋਈ ਚੁੱਕੀ ਦੀ ਹੈ ਕਿ ਕਿ ਇਹ ਮਸ਼ੀਨ ਤਾਂ ਇਥੇ ਲਾਈ ਗਈ ਸੀ ਕਿ ਸਰਕਾਰੀ ਜਿਹੜਾ ਗਾਂਧੀ ਨਗਰ ਵਾਲਾ ਹਸਪਤਾਲ ਹੈ ਉਹ ਇਹਦੇ ਕੰਨਾ ਔਰ ਹਸਪਤਾਲ ਦੇ ਸਾਹਮਣੇ ਅਗੇ ਗੇਟਾਂ ਦੇ ਕੰਨੇਗਾ ਇਹ ਮਸ਼ੀਨ ਲਾਈ ਤਾਂ ਕਿ ਜਿਹੜੇ ਵੀ ਲੋਕ ਦੂਰ ਦਰਡੇ ਇਲਾਕੇ ਦਾ ਆਉਂਦੇ ਨੇ ਪੀਣੇ ਦੇ ਪਾਣੀ ਦੀ ਬੜੀ ਸਮੱਸਿਆ ਹੁੰਦੀ ਆ ਉਹਨੇ ਕੀ ਤਾ ਕਿ ਉਹ ਪੈਸੇ ਚਾਰ ਪਾਂਗਣ ਔਰ ਇਹ ਪੈਸੇ ਵਿੱਚ ਪਾਣੇ ਤੇ ਪਾਈ ਫੇਰ ਇਨਾ ਤੁਸੀਂ ਕੀ ਪਾਣੀ ਦੇਣਾ ਇਹ ਪਈ ਪੈਸੇ ਪਾਣੀ ਵਾਲੀ ਥਾਰ ਵੀ ਨਹੀਂ ਲਾਈਦੀ ਹੈ ਲੇਕਿਨ ਨਾ ਤੇ ਉੱਪਰ ਟੈਂਕੀ ਹੈ ਜਿਹਦੇ ਕੰਨਾ ਪਾਣੀ ਇਹਦੇ ਚ ਆਉਣਾ ਨਾ ਕੋਈ ਸੀ ਕਨੈਕਸ਼ਨ ਦਿੱਤਾ ਦਾ ਹੈ ਜਿਸ ਕੰਨਾ ਇਹ ਮਸ਼ੀਨ ਚੱਲਨੀ ਹੈ ਔਰ ਇਹ ਸਿਲਸਿਲਾ ਅੱਜਾ ਕੱਲਾ ਦਾ ਨਹੀਂ ਹੈ ਇਹ ਲਗਭਗ ਡੇਢ ਦੋ ਸਾਲ ਪੁਰਾਣਾ ਹੈ ਔਰ ਦੇਖੋ ਕੁਸਾ ਚੀਜ਼ਾਂ 'ਚ ਕੋਈ ਗੰਭੀਰਤਾ ਨਹੀਂ ਹੈ। ਅਗਰ ਤੁਸੀਂ ਸ਼ਹਿਰਾਂ 'ਚ ਔਰ ਸਿਰਫ ਇਹ ਸਿਰਫ ਇਹਦੀ ਗੱਲ ਨਹੀਂ ਹੈ। ਪੰਜ ਤੀਰਥੀ ਵੀ ਮੈਂ ਦੇਖੀ ਹੈ ਮਸ਼ੀਨ। ਬਾਸ ਅੱਡੇ 'ਤੇ ਵੀ ਮੈਂ ਮਸ਼ੀਨ ਦੇਖੀ ਹੈ। ਮਸ਼ੀਨਾਂ ਠੀਕ ਜਗ੍ਹਾ ਲਾਈਦੀਆਂ। ਕੀ ਕਿ ਜੀਆਂ ਬਾਸ ਅੱਡਾ ਹੁੰਦਾ ਉੱਥੇ ਵੀ ਤੁਸੀਂ ਪਤਾ ਬਈ ਪਾਣੀ ਪੀਣਾ ਹੁੰਦਾ ਲੋਕਾਂ ਯਾਤਰੂ ਆਵਾਦੇ ਹੁੰਦੇ ਨੇ। ਹਸਪਤਾਲ ਹੋਈਏ ਜਾਂ ਸਾਰਵਜਾਨਿਕ ਥਾਰ ਹੋਈਏ ਜਿੱਥੋਂ ਲੋਕਾਂ ਨੂੰ ਗੱਡੀ 'ਤੇ ਚੱਲਣਾ ਹੈ ਜਾਂ ਦੂਰ ਦੇ ਟੇਲਾ ਕਿ ਆਣੀ ਹੈ ਉੱਥੇ ਬਸਾਂ ਕਰਨਾ ਹੈ। ਬੜਾ ਚਾ ਚੌਂਡ ਥਾਰਾਂ ਦੀ ਬੜੀ ਅੱਛੀ ਹੋਈ ਸੀ। ਪਰ ਮਸ਼ੀਨਾਂ ਜਿਹੜੀਆਂ ਇਹ ਫੇਲ ਹੋਈਆਂ ਇਹਦੇ ਕੋਲੋਂ ਬਿਹਤਰ ਹਾ ਕਿ ਇੰਆਂ ਦਾ ਕੋਈ ਚਾਰ ਇੱਟਾਂ ਲਾਈਏ ਟੈਂਕੀ ਬਣਾਈਏ ਟੂਟੀ ਲਾਈ ਦਿੱਤੀ ਦੀ ਹੁੰਦੀ ਤੇ ਵਿੱਚ ਜਲ ਸ਼ਕਤੀ ਵਿਭਾਗ ਦੇ ਇੱਕ ਨਾਲ ਪਾਈਪੀ ਦੀ ਹੁੰਦੀ ਤੇ ਸ਼ਾਇਦ ਪਾਣੀ ਦਾ ਕੁਟ ਲੋਕ ਪੀ ਸਕਦੇ ਪਰ ਇਹਦੀ ਕੀਮਤ ਵੀ ਆਦੇ ਭਈ ਲੱਖੇ ਨੇ ਵੀ ਵਿੱਚ ਹੈ ਔਰ ਪਿਛਲੇ ਡੇਢ ਦੋਂ ਸਾਲੇ ਦੀ ਇਹ ਮਸ਼ੀਨ ਇੱਥੇ ਵੀ ਲਾਈ ਦਿੱਤੀ ਗਈ ਦੀ ਹੈ ਨਾ ਹੀ ਸੀ ਕਨੈਕਸ਼ਨ ਦਿੱਤਾ ਨਾ ਇਹਦੇ ਉੱਪਰ ਪਾਣੀ ਵਾਲੀ ਟੈਂਕੀ ਲਾਈ ੜੀ ਔਰ ਕੰਨੇ ਗਏ ਤੁਸੀਂ ਦੇਖੋ ਭਾਈ ਇਹਦੇ ਕੰਨੇ ਗਏ ਨੇ ਬਕਾਇਦਾ ਤੌਰ ਉਪਰ ਨਲਕੇ ਦੀ ਟੁੱਟੀ ਪਾਈਦੀ ਹੈ ਪਾਣੀ ਬਚਾਣੇ ਦੀ ਵੀ ਭਾਈ ਆਪਣੇ ਤਕੀਦ ਕੀਤੀ ਦੀ ਲੋਕਿੰਗ ਹੀ ਔਰ ਇਹ ਵੀ ਕੀਤੇਦਾ ਕਿ ਅਗਰ ਪਾਣੀ ਟੁੱਟੀ ਚਾਵਦਾ ਹੈ ਤੇ ਟੁੱਟੀ ਜਿਹੜੀ ਉਹ ਬੰਦ ਕਰ ਜੜੋ ਭਾਈ ਪਾਣੀ ਕਿ ਨਹੀਂ ਨੁਹਾੜੇ ਵਿੱਚ ਤੇ ਲੋਕਾਂ ਬਚਾਣਾ ਕਿ ਆਈਆਂ ਵੀ ਤੂੰ ਤਾਂ ਪਾਣੀ ਬਚਾਦਾ ਬਚਾਦਾ ਤੇ ਟੁੱਟੀ ਕਿਹੜੀ ਬੰਦ ਕਰਨੀ ਹੈ ਟੁੱਟੀ ਤੇ ਉੱਥੇ ਲੱਗੀ ਦੀ ਕਿ ਨਹੀਂ ਹੈ ਬਿਨਾ ਟੁੱਟੀਆਂ ਤੂੰ ਦੀ ਮਸ਼ੀਨ ਚਲਾ ਕਰਦੀ ਹੈ ਤੇ ਕੀ ਲੋਕੇ ਦੀ ਅੱਖੀਂ ਵਿੱਚ ਜਿਹੜੀ ਧੂੜ ਪਾ ਕਰਦੇ ਹੋ ਤੇ ਭੀ ਨੀ ਜਗਾ ਮੱਲਣੇ ਦੀ ਲੋੜ ਕੀ ਇੱਕ ਤੇ ਤੁਸੀਂ ਫੁੱਟਪਾਥ ਜਿਹੜਾ ਹੈ ਉਹ ਵੀ ਮੱਲੀ ਲਿਆ ਉਹ ਵੀ ਜਗਾ ਜਿਹੜੀ ਹੈ ਬਈ ਤੁਸੀਂ ਬਰਬਾਦ ਕੀਤੀ ਤੇ ਦੂਆ ਤੁਸੀਂ ਸਰਕਾਰੀ ਜਿਹੜੇ ਪੈਸੇ ਨੇ ਜਿਹੜੇ ਲੋਕਾਂ ਦੇ ਪੈਸੇ ਨੇ ਆਵਾਮ ਜਨਤਾ ਜਨਾਰ ਦੇ ਪੈਸੇ ਨੇ ਉਹ ਵੀ ਤੁਸੀਂ ਇੱਥੇ ਤਬਾਹ ਕੀਤੇ ਤੇ ਜੇ ਤੁਸੀਂ ਕਨੈਕਸ਼ਨ ਜਾਂ ਟੈਂਕੀ ਜੇ ਸੀ ਚਲਾਣਾ ਕਰਨੀ ਆਹਾ ਤੇ ਅਸੀਂ ਲਾਣੇ ਦੀ ਤੇ ਕੋਈ ਤਕ ਨਹੀਂ ਹੈ ਇਹਦੇ ਕੋਲ ਆ ਬਿਹਤਰ ਹੈ ਬਈ ਤੁਸੀਂ ਸੀ ਨਹੀਂ ਘਲਾਉਂਦੇ ਔਰ ਜਿੱਥੇ ਵੀ ਜਿੱਥੇ ਇਹ ਖਰਾਬ ਇਹ ਦੀਆਂ ਨਾ ਪੈਸੇ ਦੀ ਬਰਬਾਦੀ ਹੈ ਅਗਰ ਕੋਈ ਸਹੀ ਪਰਿਯੋਜਨਾ ਤੋਂ ਚਲਾ ਕਰਦੇ ਹੋ ਅਗਰ ਕੋਈ ਮੰਚਾ ਹੈ ਤੇ ਉਹਦਾ ਪਰ ਅਮਲ ਕਰੋ ਉਹ ਪਾਣੀ ਦਾ ਘੁੱਟ ਜਿਹੜਾ ਹੈ ਉਹ ਲੋਕਾਂ ਕੀ ਦੇ ਆਉਣ ਗਰਮੀ ਦਾ ਬਾਹਰ ਜਿਹੜੀ ਸ਼ੁਰੂ ਹੋਈ ਚੁੱਕੀ ਦੀ ਹੈ ਤੇ ਕਿੰਨਾ ਸ਼ੈਲ ਹੁੰਦਾ ਕਿ ਇਸੀ ਕਨੈਕਸ਼ਨ ਦਿੱਤਾ ਜਾਂਦਾ ਔਰ ਲੋਕ ਜਿਹੜਾ ਵੀ ਕੋਈ ਆਉਂਦਾ ਪੈਸੇ ਚਾਰ ਇਥੋਂ ਪਾਉਂਦਾ ਤੇ ਠੰਡੇ ਪਾਣੀ ਦਾ ਗਲਾਸ ਵੀ ਪੀਂਦਾ ਤੇ ਤੁਸੀਂ ਕੀ ਸੀਸਾ ਵੀ ਦਿੰਦਾ ਪਰ ਸੀਸਾ ਕਹਦੀਆਂ ਦੇਣੀਆਂ ਤੁਸੀਂ ਕੀ ਕਿ ਨਾ ਤੇ ਗਲਾਸ ਹੈ ਤੇ ਨਾ ਪਾਣੀ ਹੈ